ਜੀ ਦੋਸਤੋ ਉਮੀਦ ਕਰਨਾ ਦੀ ਸਾਰੇ ਖੈਰੀਅਤਾਂ ਨਾਲ ਹੋਵਗੇ ਦੋਸਤੋ ਮੈਂ ਤੁਹਾਨੂੰ ਸਟਾਰਟ ਤੇ ਦੱਸਦਾ ਕਿ ਸਿਰਫ ਇੱਕ ਜਾਂ 2 ਮਿੰਟ ਦੀ ਵੀਡੀਓ ਵੇ ਇਹਦੇ ਵਿੱਚ ਮੈਂ ਤੁਹਾਨੂੰ ਸਪੇਡ ਆਈਡੀ ਦੇ ਬਾਰੇ ਦੱਸਣਾ ਕਿ ਅਗਰ ਤੁਹਾਡੇ ਤੁਸੀਂ ਆਪਣੇ ਮੋਬਾਈਲ ਤੇ ਸਪੇਡ ਆਈਡੀ ਜਿਹੜੀ ਇਹ ਪੋਸਟ ਆਈਡੀ ਤੇ ਐਪਲੀਕੇਸ਼ਨ ਇੰਸਟਾਲ ਕਰਕੇ ਸਪੇਡ ਆਈਡੀ ਇੱਥੇ ਉਹਦਾ ਪਾਸਵਰਡ ਜਿਹੜਾ ਨਾ ਸੈੱਟ ਕਰ ਲਿਆ ਹੋਵੇ ਉਸ ਤੋਂ ਬਾਅਦ ਅਗਰ ਤੁਹਾਨੂੰ ਬਾਅਦ ਔਕਾਤ ਕਦੇ ਯਾਨੀ ਕਿ ਤੁਹਾਨੂੰ ਪਾਸਵਰਡ ਭੁੱਲ ਗਿਆ ਹੋਵੇ ਈਮੇਲ ਦਾ ਪਾਸਵਰਡ ਜਿਹੜਾ ਉਹ ਭੁੱਲ ਗਿਆ ਲੇਕਿਨ ਫੇਰ ਵੀ ਤੁਸੀਂ ਜਿਹੜਾ ਨਾ ਸਪੇਡ ਦੀ ਆਈਡੀ ਯੂਜ਼ ਕਰ ਸਕਦੇ ਜੇ ਉਹ ਕਿਸ ਤਰ੍ਹਾਂ ਯੂਜ਼ ਕਰ ਸਕਦੇ ਜੇ ਉਹ ਤਰੀਕਾ ਮੈਂ ਤੁਹਾਨੂੰ ਦੱਸਣਾ ਸਪੇਦ ਆਈਡੀ ਦੇ ਦੋ ਤਰੀਕੇ ਹੁੰਦੇ ਨੇ ਲੌਗਇਨ ਕਰਨ ਦੇ ਉਹ ਦੋਵੇਂ ਤਰੀਕੇ ਜਿਹੜੇ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਸ ਵੀਡੀਓ ਦੇ ਵਿੱਚ ਇਹ ਦੇਖੋ ਜੀ ਇਹ ਮੇਰਾ ਯੂਰੀ ਦਾ ਚੈਨਲ ਜੀ ਲਾਜ਼ਮੀ ਸਬਸਕ੍ਰਾਈਬ ਕਰ ਲਓ ਜਿੰਨਾ ਨਹੀਂ ਕੀਤਾ ਤੇ ਇਹ ਮੈਂ ਤੁਹਾਨੂੰ ਐਗਜ਼ਾਮਪਲ ਦੱਸਣ ਲੱਗਾ ਜੀ ਐਮਐਸ ਦੀ ਵੈਬਸਾਈਟ ਇੱਥੇ ਆ ਦੇਖੋ ਜੀ ਸਪੇਦ ਆਈਡੀ ਜੋ ਹੀ ਮੈਂ ਸਪੇਦ ਦੇ ਉੱਪਰ ਕਲਿੱਕ ਕੀਤਾ ਤੇ ਇੰਤਰਾਕੋਂ ਸਪੇਦ ਕੀਤਾ ਤੇ ਨੀਚੇ ਆ ਗਿਆ ਜੀ ਪੋਸਟ ਤੇ ਇੱਥੇ ਜਦੋਂ ਦੇਖੋ ਇੱਥੇ ਸਾਈਡ ਤੇ ਮੇਰਾ ਈਮੇਲ ਈਮੇਲ ਆਈਡੀ ਲਿਖਿਆ ਹੋਇਆ ਹੈ ਤੇ ਨੀਚੇ ਪਾਸਵਰਡ ਲਿਖਿਆ ਹੋਇਆ ਹੈ ਲੇਕਿਨ ਉਹਦੇ ਨਾਲ ਦੇਖੋ ਇਹ ਦੇਖੋ ਆਪਣਾ ਜਿਹੜਾ ਨਾ ਬਣਿਆ ਹੋਇਆ ਵੇ ਇੱਕ ਕਯੂਆਰ ਕੋਡ ਬਣਿਆ ਹੋਇਆ ਹੈ ਇਹਦੇ ਜ਼ਰੀਏ ਵੀ ਅਸੀਂ ਇੱਥੇ ਬਿਨਾਂ ਆਈਡੀ ਪਾਸਵਰਡ ਲਿਖਿਆ ਹੀ ਅਸੀਂ ਐਂਟਰੀ ਕਰ ਸਕਨੇ ਆ ਉਹ ਕਿਵੇਂ ਕਰ ਸਕਨੇ ਆ ਆ ਦੇਖੋ ਆ ਮੋਬਾਈਲ ਤੁਹਾਨੂੰ ਨਜ਼ਰ ਆ ਰਿਹਾ ਨਾ ਠੀਕ ਹੈ ਹੁਣ ਇੱਥੇ ਆਪਣਾ ਇਹ ਦੇਖੋ ਨੀਚੇ ਆਪਣਾ ਕਯੂਆਰ ਕੋਡ ਦੀ ਆਪਸ਼ਨ ਬਣੀ ਹੋਈ ਹੈ ਤੁਸੀਂ ਇਸ ਕਯੂਆਰ ਕੋਡ ਦੀ ਆਪਸ਼ਨ ਦੇ ਉੱਪਰ ਕਲਿੱਕ ਕਰਨਾ ਮੈਂ ਜਿਵੇਂ ਕਿ ਇਹ ਜਿਹੜਾ ਕੋਨ ਕਯੂਆਰ ਕੋਡ ਠੀਕ ਹੈ ਮੈਂ ਕਲਿੱਕ ਕੀਤਾ ਵੇ ਉਸ ਤੋਂ ਬਾਅਦ ਦੇਖੋ ਸਾਹਮਣੇ ਇੱਕ ਕੈਮਰਾ ਜਿਹਾ ਓਪਨ ਹੋ ਗਿਆ ਉਹਨਾਂ ਜਿਹੜਾ ਕਯੂਆਰ ਕੋਡ ਆ ਰਿਹਾ ਨਾ ਇਹਨੂੰ ਯਾਨੀ ਕਿ ਸਕੈਨ ਕਰ ਲਵਾਂਗੇ ਜੂਹਿਆਂ ਨੂੰ ਸਕੈਨ ਕਰਾਂਗੇ ਇੱਥੇ ਆਈਡੀ ਦੇ ਵਿੱਚ ਸਾਨੂੰ ਕੋਈ ਪਾਸਵਰਡ ਮੰਗੇਗਾ ਅਗਰ ਫਿੰਗਰਪ੍ਰਿੰਟ ਲਾਇਆ ਆਏਗਾ ਤੇ ਫਿਰ ਫਿੰਗਰਪ੍ਰਿੰਟ ਲਾ ਲੈਣਾ ਫਿੰਗਰਪ੍ਰਿੰਟ ਵਗੈਰਾ ਕਿਸ ਤਰ੍ਹਾਂ ਲਾਣਾ ਤੁਹਾਨੂੰ ਪਤਾ ਹੈ ਕਿ ਮੈਂ ਇੱਕ ਵੀਡੀਓ ਬਣਾ ਕੇ ਰੱਖੀ ਹੋਈ ਹੈ ਅਗਰ ਨਹੀਂ ਦੇਖੀ ਤੇ ਜਾ ਕੇ ਦੇਖ ਸਕਦੇ ਹੋ ਆ ਦੇਖੋ ਮੈਂ ਆਪਣਾ ਯਾਨੀ ਕਿ ਫਿੰਗਰਪ੍ਰਿੰਟ ਦਿੱਤਾ ਆ ਤੋਂ ਲੈ ਕੇ ਸਾਹਮਣੇ ਸਕਰੀਨ ਜਿਹੜੀ ਹੈ ਅਗਲੇ ਸਟੈਪ ਤੇ ਚਲੀ ਗਈ ਹੈ ਇੱਥੇ ਜੀ ਮੈਂ ਕੌਨਸਨ ਤੋਂ ਕਰਨਾ ਤੇ ਆ ਦੇਖੋ ਆਪਣਾ ਜਰਨਾ ਇਸ ਪੇ ਦੀ ਆਈਡੀ ਜਿਹੜੀ ਹੈ ਓਪਨ ਹੋ ਗਈ ਹੈ ਅਗਿਥੋਂ ਅਗਰ ਮੈਂ ਦੁਬਾਰਾ ਤੋਂ ਐਸੀ ਕਰਕੇ ਇਹਦਾ ਦੂਸਰਾ ਤਰੀਕਾ ਵੀ ਤੁਹਾਨੂੰ ਦੱਸਣਾ ਉਹ ਹੈ ਜੀ ਆਪਣਾ ਕੇ ਵਾਈ ਮਾਈਮਸ ਤੇ ਜਾਣਾ ਉਸ ਬਸ ਪੇਜ ਤੇ ਕਲਿੱਕ ਕਰਨਾ ਐਂਟਰਾਗੋਨਸ ਪੇਜ

ਇਥੇ ਆਪਣਾ ਮੋਬਾਈਲ ਤੇ ਹੁਣ ਆਪਣਾ ਸਾਡੇ ਕੋਲ 6 ਵਰਡ ਦਾ ਕੋਡ ਪੁੱਛੇਗਾ ਅਗਰ ਫਿੰਗਰਪ੍ਰਿੰਟ ਆਇਆ ਹੈਗਾ ਤਾਂ ਫਿੰਗਰਪ੍ਰਿੰਟ ਜੁਹੀਂ ਟੱਚ ਕਰਾਂਗੇ ਤੇ ਆਪਣਾ ਐਪਲੀਕੇਟ ਐਡਰੀ ਵੈਬਸਾਈਟ ਹੈ ਨਾ ਐਮਸ ਦੀ ਓਪਨ ਹੋ ਜਾਏਗੀ ਇਸਪੇ ਦੀ ਆਈ ਯਾਨੀ ਕਿ ਔਨ ਹੋ ਜਾਏਗੀ ਇਜਾਜ਼ਤ ਦੇ ਦੇਗੀ ਇਹਨੂੰ ਤੇ ਅਕਨਸੈਂਟੋ ਕਰਾਂਗੇ ਅਕਨਸੈਂਟੋ ਤੋਂ ਬਾਅਦ ਆਪਣਾ ਜਿਹੜਾ ਨਾਮ ਦੇ ਕੋਈ ਐਮਸ ਦੀ ਵੈਬਸਾਈਟ ਜਿਹੜੀ ਹੈ ਨਾ ਆ ਓਪਨ ਹੋ ਗਈ ਹੈ ਤੇ ਅੱਜ ਦੀ ਵੀਡੀਓ ਬਸ ਇਹੀ ਸੀ ਉਮੀਦ ਕਰਨਾ ਕਿ ਤੁਹਾਨੂੰ ਸਾਰਿਆਂ ਨੂੰ ਜਿਹੜਾ ਨਾ ਪਸੰਦ ਆਈ ਹੋਵੇਗੀ لازਮੀ ਵੀਡੀਓ ਨੂੰ ਜਿਹੜਾ ਨਾਲ ਲਾਈਕ ਕਰ ਲਿਓ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ لازਮੀ ਜਰਾਨਾ ਸਬਸਕ੍ਰਾਈਬ ਕਰ ਲਿਓ ਓਕੇ ਜੀ ਮਿਲਨੇ ਆ ਨਵੀਂ ਵੀਡੀਓ ਦੇ ਵਿੱਚ ਰੱਬ ਰਾਖਾ ਜੀ